निर्मल कुटिया ब्रह्मलीन 108 संत बाबा दलेल सिंह जी टूटो मजारा हुशियारपुर विखे संत बाबा जगदेव सिंह मोनी जी दी पवित्र याद विच हर साल दी तरह इस साल भी बाबा मक्खन सिंह जी अते उना दे सहयोगी संत बाबा बलवीर सिंह जी शास्त्री वल्लों समूह संगतां दे सहयोग नाल श्री सुखमनी साहिब जी दे पाठ दे जाप आरंभ कीते गए। इस मौके संत बलवीर सिंह जी शास्त्री ने दस्या के इना पवित्र समागमां दी समाप्ति 1 नवंबर नूं होवेगी अते उना संगतां नूं ए वी अपील कीती के कोरोना महामारी कारण ओ अपने ਘਰਾਂ ਵਿੱਚ ਰਹਿ ਕੇ ਹੀ ਜਾਪ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਰ ਸੰਗਤ ਜੀਓ, ਨਿਰਮਲ ਕੁਟੀਆ ਟੂਟੋ ਮਜਾਰਾ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਮੱਖਣ ਸਿੰਘ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਵਾਸਤੇ ਆਪਣੇ ਵੱਡੇ ਮਹਾਂਪੁਰਸ਼ ਬ੍ਰਹਮਲੀਨ ਸ਼੍ਰੋਮਣੀ ਬਰਕਤ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਦਲੇਰ ਸਿੰਘ ਜੀ ਦੀ ਸਲਾਨਾ ਯਾਦ ਅਤੇ ਉਹਨਾਂ ਦੇ ਚਰਨ ਸੇਵਕ ਬ੍ਰਹਮਲੀਨ ਸ਼੍ਰੀ ਮਾਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀ 11ਵੀਂ ਸਲਾਨਾ ਯਾਦ, ਜੋ ਨਗਰ ਨਿਵਾਸੀ, ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ ਅੰਦਰ 20 ਅਤੇ 21 ਨਵੰਬਰ ਨੂੰ ਮਨਾਈ ਜਾ ਰਹੀ ਹੈ, ਉਸ ਦੇ ਸੰਬੰਧ ਵਿੱਚ ਨਿਰਮਲ ਕੁਟੀਆ ਟੁੱਟੋ ਮਜਾਰਾ ਦੀਆਂ ਮਾਈਆਂ ਬੱਚੀਆਂ ਬੀਬੀਆਂ ਵੱਲੋਂ ਅੱਜ 22 ਸਤੰਬਰ ਨੂੰ 41 ਦਿਨ ਦੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਪ੍ਰਾਰੰਭ ਹੋਏ ਹਨ, ਜਿਨ੍ਹਾਂ ਦੀ ਸੰਪੂਰਨਤਾ 1 ਨਵੰਬਰ ਦਿਨ ਐਤਵਾਰ ਨੂੰ ਹੋਵੇਗੀ। ਜਿਸ ਤਰ੍ਹਾਂ ਆਪ ਸਰਬੱਤ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ ਪੂਰੇ ਸੰਸਾਰ ਦੇ ਵਿੱਚ ਭਿਆਨਕ ਬਿਮਾਰੀ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ। ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਸਮਾਗਮਾਂ ਅੰਦਰ ਜ਼ਿਆਦਾ ਇਕੱਠ ਨਹੀਂ ਕੀਤੇ ਜਾਣਗੇ। ਸਮੇਂ ਸਮੇਂ 'ਤੇ ਸਮਾਗਮਾਂ ਅੰਦਰ ਪਹੁੰਚ ਕੇ ਗੁਰੂ ਘਰ ਦੀ ਸੇਵਾ ਕਰਕੇ, ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ, ਪ੍ਰਵਚਨ ਸਰਵਣ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।